Welcome students. Today we will discuss chapter 4 of our English reader. This is a story about the tree and a boy. And with the help of this story, we will learn how trees are important for human life. So plant more and more trees. And let's start the story. Next. Let's read the story. Once there was a tree and she loved a little boy. ਇੱਕ ਵਾਰ ਦੀ ਗੱਲ ਹੈ, ਇੱਕ ਰੁੱਖ ਸੀਗਾ ਅਤੇ ਉਹ ਇੱਕ ਛੋਟੇ ਲੜਕੇ ਨਾਲ ਬਹੁਤ ਪਿਆਰ ਕਰਦਾ ਸੀ. ਲਿਟਲ ਬੋਏ ਮਤਲਬ ਛੋਟਾ ਲੜਕਾ. ਐਵਰੀ ਡੇ ਦ ਬੋਏ ਵੁੱਡ ਕਮ ਈਟ ਐਪਲਸ ਐਂਡ ਪਲੇ ਵਿਦ ਹਰ. ਹਰ ਰੋਜ਼ ਇੱਕ ਜਿਹੜਾ ਲੜਕਾ ਸੀਗਾ ਉੱਥੇ ਆਉਂਦਾ, ਉਹਦੇ ਐਪਲਸ ਖਾਂਦਾ ਅਤੇ ਉਹਦੇ ਨਾਲ ਖੇਡਦਾ ਰੁੱਖ ਦੇ ਨਾਲ. ਹੀ ਵੁੱਡ ਸਵਿੰਗ ਫਰੋਮ ਹਰ ਬ੍ਰਾਂਚਿਸ ਐਂਡ ਈਟ ਐਪਲਸ. ਹੀ ਵੁੱਡ ਸਵਿੰਗ, ਸਵਿੰਗ ਦਾ ਮਤਲਬ ਹੁੰਦਾ ਝੂਟੇ ਲੈਂਦਾ. ਉਹ ਝੂਟੇ ਲੈਂਦਾ ਕਿਹਦੇ ਨਾਲ? ਫਰੋਮ ਹਰ ਬ੍ਰਾਂਚਿਸ, ਉਹਦੀਆਂ ਟਾਹਣੀਆਂ ਦੇ ਨਾਲ. ਤਾਂ ਉੱਥੇ ਟਾਹਣੀਆਂ ਦੇ ਦੁਆਰਾ ਝੂਟੇ ਲੈਂਦਾ ਅਤੇ ਉਹਦੇ ਐਪਲਸ ਖਾਂਦਾ. ਦ ਬੋਏ ਲਵ ਦ ਟਰੀ ਵੈਰੀ ਮੱਚ. ਲੜਕਾ ਰੁੱਖ ਦੇ ਨਾਲ ਬਹੁਤ ਪਿਆਰ ਕਰਦਾ ਸੀ. ਐਂਡ ਦ ਟਰੀ ਵਾਸ ਵੈਰੀ ਹੈਪੀ, ਅਤੇ ਰੁੱਖ ਜਿਹੜਾ ਸੀ ਉਹ ਬਹੁਤ ਖੁਸ਼ ਸੀ. ਟਰੀ ਵਾਸ ਵੈਰੀ ਹੈਪੀ, ਹੈਪੀ ਮੀਨਸ ਖੁਸ਼. ਦ ਟਾਈਮ ਵੈਂਟ ਬਾਏ, ਸਮਾਂ ਜਿਹੜਾ ਸੀ ਬੀਤਦਾ ਗਿਆ. ਦ ਬੋਏ ਗ੍ਰੀ ਓਲਡਰ, ਲੜਕਾ ਵੱਡਾ ਹੋ ਗਿਆ. ਓਲਡਰ ਮਤਲਬ ਵੱਡਾ ਹੋ ਗਿਆ, ਗ੍ਰਿਊ ਮੀਨਸ ਵੱਡਾ. ਦ ਟਰੀ ਵਾਸ ਓਫਨ ਅਲੋਨ, ਰੁੱਖ ਜਿਹੜਾ ਸੀ ਅਕਸਰ, ਓਫਨ ਮਤਲਬ ਅਕਸਰ, ਅਲੋਨ ਮਤਲਬ ਇਕੱਲਾ. ਹੁਣ ਰੁੱਖ ਜਿਹੜਾ ਸੀ ਅਕਸਰ ਇਕੱਲਾ ਰਹਿੰਦਾ ਸੀ. ਵਨ ਡੇ ਦ ਬੋਏ ਕਮ ਟੂ ਦ ਟਰੀ, ਇੱਕ ਦਿਨ ਲੜਕਾ ਰੁੱਖ ਦੇ ਕੋਲ ਆਇਆ. ਵਨ ਡੇ ਦ ਬੋਏ ਕਮ ਟੂ ਟਰੀ, ਇੱਕ ਦਿਨ ਲੜਕਾ ਰੁੱਖ ਦੇ ਕੋਲ ਆਇਆ. ਦ ਟਰੀ ਸੈਡ, ਰੁੱਖ ਨੇ ਕਿਹਾ, ਕਮ ਬੋਏ ਕਮ, ਉਹਨੇ ਕਿਹਾ ਆਓ ਪਿਆਰੇ ਲੜਕੇ ਆਓ. ਕਲਾਈਂਬ ਅਪ ਮਾਈ ਟ੍ਰੰਕ, ਸਵਿੰਗ ਫਰੋਮ ਮਾਈ ਬ੍ਰਾਂਚਿਸ, ਈਟ ਐਪਲਸ ਐਂਡ ਬੀ ਹੈਪੀ. ਕਹਿੰਦੇ ਮੇਰੇ ਤਣੇ ਦੇ ਉੱਤੇ ਚੜ੍ਹ ਕੇ ਮੇਰੀਆਂ ਬ੍ਰਾਂਚਿਸ ਦੇ ਨਾਲ ਝੂਟੇ ਲਓ, ਐਪਲਸ ਖਾਓ ਅਤੇ ਖੁਸ਼ ਹੋ ਜਾਓ, ਬੀ ਹੈਪੀ. ਆਈ ਐਮ ਟੂ ਬਿਗ ਟੂ ਕਲਾਈਂਬ ਐਂਡ ਪਲੇ, ਕਹਿੰਦਾ ਕਿ ਮੈਂ ਇੰਨਾ ਵੱਡਾ ਹੋ ਗਿਆ ਕਿ ਮੈਂ ਹੁਣ ਥੋੜ੍ਹੀ ਖੇਡਾਂਗਾ ਅਤੇ ਨਾਲ ਮੈਂ ਤੁਹਾਡੀਆਂ ਉੱਪਰ ਥੋੜ੍ਹੀ ਚੜ੍ਹਾਂਗਾ. ਕਲਾਈਂਬ ਦਾ ਮਤਲਬ ਹੁੰਦਾ ਕਿਸ ਚੀਜ਼ 'ਤੇ ਲਮਕ ਕੇ ਉੱਪਰ ਚੜ੍ਹਨਾ. ਸੈਡ ਦ ਬੋਏ, ਬੋਏ ਨੇ ਕਿਹਾ, ਆਈ ਵਾਂਟ ਸਮ ਮਨੀ ਟੂ ਬਾਏ ਥਿੰਗਸ ਐਂਡ ਹੈਵ ਅ ਫਨ, ਕਹਿੰਦਾ ਮੈਨੂੰ ਪੈਸੇ ਚਾਹੀਦੇ ਆ, ਕੁਛ ਮੈਂ ਚੀਜ਼ਾਂ ਖਰੀਦਣੀਆਂ ਅਤੇ ਮੈਂ ਫਨ ਕਰਨਾ, ਮੀਨਸ ਮੈਂ ਇੰਜੋਏ ਕਰਨਾ, ਖੇਡਣਾ. ਕੈਨ ਯੂ ਗਿਵ ਮੀ ਸਮ ਮਨੀ, ਬੋਏ ਨੇ ਕਿਹਾ ਟ੍ਰੀ ਨੂੰ, ਤੂੰ ਮੈਨੂੰ ਕੁਛ ਪੈਸੇ ਦੇ ਸਕਦਾ? ਟ੍ਰੀ ਸੈਟ, ਰੁੱਖ ਨੇ ਕਿਹਾ, ਆਈ ਹੈਵ ਨੋ, I have no money and you can take my apples and sell them in the city. Tree ne kiya ki tu mere apples leke ja sakda hai te unna nu shehar de vich ja ke vech ke, and take my apples, mere apples le lo and sell them in the city, te unna nu city de vich ja ke shehar de vich ja ke vech deo, then you will have some money and you will be happy, te ta tere kol kuch paise aa janenge te tu khush ho jayega. The boy did so and went away. ਲੜਕੇ ਨੇ ਐਵੇਂ ਕੀਤਾ. The boy did so. ਲੜਕੇ ਨੇ ਐਵੇਂ ਕੀਤਾ ਅਤੇ ਚਲਾ ਗਿਆ. Went away ਮਤਲਬ ਉੱਥੋਂ ਚਲਾ ਗਿਆ. The tree was happy. ਰੁੱਖ ਹੁਣ ਵੀ ਖੁਸ਼ ਸੀ. The boy did not come back for a long time. ਲੜਕਾ ਬਹੁਤ ਲੰਬੇ ਸਮੇਂ ਤੱਕ ਵਾਪਸ ਨਹੀਂ ਆਇਆ. The tree was sad. ਰੁੱਖ ਹੁਣ ਉਦਾਸ ਹੋ ਗਿਆ ਸੀ. One day the boy came back. ਇੱਕ ਦਿਨ ਲੜਕਾ ਵਾਪਸ ਆਇਆ. The tree said with joy. ਰੁੱਖ ਨੇ ਖੁਸ਼ੀ ਦੇ ਨਾਲ ਕਿਹਾ, ਜੋਏ ਮਤਲਬ ਖੁਸ਼ੀ, ਕੀ ਕਿਹਾ ਉਹਨੇ? ਕਮ ਬੋਏ ਕਮ, ਕਲਾਈਂਬ ਅਪ ਮਾਈ ਟ੍ਰੰਕ, ਸਵਿੰਗ ਮਾਈ ਬ੍ਰਾਂਚਿਸ, ਈਟ ਐਪਲਸ ਐਂਡ ਬੀ ਹੈਪੀ. ਉਹਨੇ ਫਿਰ ਉਹੀ ਗੱਲ ਕਹੀ ਕਿ ਆਓ ਲੜਕੇ ਆਓ, ਮੇਰੇ ਤਣੇ ਦੇ ਨਾਲ ਲਮਕੋ ਅਤੇ ਮੇਰੀਆਂ ਟਾਹਣੀਆਂ ਦੇ ਨਾਲ ਝੂਟੇ ਲਓ ਅਤੇ ਖੁਸ਼ ਹੋ ਜਾਓ, ਮੇਰੇ ਐਪਲਸ ਖਾਓ. ਆਈ ਐਮ ਟੂ ਬਿਜ਼ੀ ਟੂ ਕਲਾਈਂਬ ਟ੍ਰੀਜ਼, ਕਹਿੰਦਾ ਮੈਂ ਬਹੁਤ ਬਿਜ਼ੀ ਹਾਂ, ਮੈਂ ਬਹੁਤ ਵਿਅਸਤ ਹੈਗਾ, ਮੇਰੇ ਕੋਲ ਇੰਨਾ ਟਾਈਮ ਨਹੀਂ ਕਿ ਮੈਂ ਟ੍ਰੀ 'ਤੇ ਕਲਾਈਂਬ ਝੂਟੇ ਲੈਂਦਾ ਫਿਰਾਂ. ਸੈਡ ਦ ਬੋਏ, ਲੜਕੇ ਨੇ ਕਿਹਾ, ਆਈ ਵਾਂਟ ਟੂ ਗੈਟ ਮੈਰਿਡ, ਮੈਂ ਸ਼ਾਦੀ ਕਰਨਾ ਚਾਹੁੰਦਾ ਹੈ. ਮੈਰਿਡ ਮੀਨਸ ਵਿਆਹ ਕਰਨਾ, ਮੈਂ ਸ਼ਾਦੀ ਕਰਨਾ ਚਾਹੁੰਦਾ ਹੈ. ਐਂਡ ਆਈ ਨੀਡ ਅ ਹਾਊਸ, ਮੈਨੂੰ ਇੱਕ ਘਰ ਦੀ ਜ਼ਰੂਰਤ ਆ. ਕੈਨ ਯੂ ਗਿਵ ਮੀ ਹਾਊਸ, ਕੀ ਤੁਸੀਂ ਮੈਨੂੰ ਘਰ ਦਿਵਾ ਸਕਦੇ ਹੋ? ਦ ਟ੍ਰੀ ਸੈਡ, ਰੁੱਖ ਨੇ ਕਿਹਾ, ਯੂ ਮੇ ਕੱਟ ਆਫ ਮਾਈ ਬ੍ਰਾਂਚਿਸ, ਤੁਸੀਂ ਮੇਰੀਆਂ ਟਾਹਣੀਆਂ ਨੂੰ ਕੱਟ ਸਕਦੇ ਹੋ. ਐਂਡ ਬਿਲਡ ਅ ਹਾਊਸ ਐਂਡ ਬੀ ਹੈਪੀ, ਇੱਕ ਘਰ ਬਣਾਓ
ते खुश हो जाओ। रुख ने कहा कि मेरिया टाणियाँ कट के घर बना लो ते खुश हो जाओ। द बॉय कट ऑफ ऑल द ब्रांचिज एंड कैरिड दैम अवे टू बिल्ड हिज हाउस। लड़के ने की किया कट ऑफ, कट दतिया हर ब्रांचिज, उदिया टाणियाँ कट दतिया शाखावान रुख दिया, एंड कैरिड दैम अवे टू बिल्ड हिज हाउस, तो उन्होंने दूर लै गया अपना घर बनाने वास्ते। द ट्री वॉज हैप्पी, रुख टाणियाँ कटवा के भी खुश सीगा, ट्री वॉज हैप्पी, रुख खुश सीगा। एंड द बॉय अगेन स्टेड अवे फॉर अ लोंग टाइम, तो लड़का काफ़ी देर फिर दूर रहा, स्टेड अवे मतलब वो तो दूर रहा रुख तो। वन डे ही कम बैक, एक दिन वो फिर वापस आ गया। द ट्री वॉज वेरी हैप्पी एंड सैड, कम बॉय कम, क्लिप अप माई ट्री, क्लाइंब अप माई ट्रंक, स्विंग फ्रॉम माई ब्रांचिज, ईट एप्पल्स एंड बी हैप्पी। तो रुख ने फिर वही गल दोबारा कही कि आओ बच्चे आओ, लड़के आओ, मेरे टाने ते चढ़ो, टाणियाँ ते लमको, ते मेरे फ्रूट जड़े एप्पल्स है खाओ, ते खुश हो जाओ, बी हैप्पी। द बॉय सैड आई एम टू सैड टू प्ले, कहिंदा मैं बहुत उदास हाँ कि मैं खेल नहीं सकता। आई एम टू सैड टू प्ले, मैं इन्ना उदास हाँ कि मैं खेल नहीं सकता। आई वॉन्ट टू गो टू अनदर सिटी फॉर बिजनेस, मैं बिजनेस करन लई, व्यापार करन लई किसी होर शहर जाना चाहता है, सिटी मतलब शहर। You can give me a boat that will take me away to another city. कहते तुम मैं एक बोट दे सकते हो, एक किश्ती दे सकते हो जी मैं दूसरे शहर लै जाए। द ट्री सैट, ट्री ने कहा कट डाउन माई ट्रंक एंड मेक ए बोट, कहता मेरा तना कट लो, ट्रंक कट लो, तो अपनी एक किश्ती बना लो, दैन यू कैन सेल अवे एंड बी हैप्पी। तो तुम सेल कर सकते हो, सेल करना मतलब होंगे जिहड़ी किश्ती उन्हें चलाना, पानी दे विच जिहड़ी किश्ती चलाई जाती है वो दैट इज़ कॉल्ड सेलिंग, तुसी तैरा सकते हो उन्हें। द बॉय डिड सो एंड सेल्ड अवे, लड़के ने इस तरह किया तो सेलिंग करता हो यात्रा जिहड़ी आ समुद्री या जिहड़ी नदी दे विच नाव नू चलाउंदा होया, कई चीज़ नू नदी या समुद्र च चलाउण नू सेलिंग कहिंदे आ, ठीक है। तो वो चला गया। द ट्रीम वॉज वेरी हैप्पी बट नॉट रियली, ਕਹਿੰਦਾ ਰੁੱਖ ਖੁਸ਼ ਸੀ ਪਰ ਅਸਲ ਵਿੱਚ ਉਹ ਖੁਸ਼ ਨਹੀਂ ਸੀ। ਆਫਟਰ ਅ ਲੋਂਗ ਟਾਈਮ ਦ ਬੋਏ ਹੂ ਵਾਸ ਨਾਓ ਐਨ ਓਲਡ ਮੈਨ ਕਮ ਬੈਕ ਅਗੇਨ, ਹੁਣ ਕਾਫੀ ਸਮੇਂ ਦੇ ਬਾਅਦ ਉਹਦਾ ਬੋਏ ਸੀ ਜਿਹੜਾ ਕਿ ਇੱਕ ਓਲਡ ਆਦਮੀ ਬਣ ਚੁੱਕਿਆ ਸੀ, ਬਜ਼ੁਰਗ ਆਦਮੀ ਬਣ ਚੁੱਕਿਆ ਸੀ, ਬੁੱਢਾ ਆਦਮੀ, ਉਹ ਵਾਪਸ ਆਇਆ। ਆਈ ਐਮ ਸੋਰੀ ਬੋਏ, ਆਈ ਹੈਵ ਨਥਿੰਗ ਟੂ ਗਿਵ ਯੂ। ਹੁਣ ਰੁੱਖ ਨੇ ਉਸ ਬੋਏ ਨੂੰ ਕਿਹਾ ਜਿਹੜਾ ਕਿ ਹੁਣ ਬਜ਼ੁਰਗ ਹੋ ਚੁੱਕਿਆ ਸੀ, ਉਹਨੇ ਕਿਹਾ ਆਈ ਐਮ ਸੋਰੀ ਆਈ ਕਾਂਟ ਗਿਵ ਯੂ ਐਨੀਥਿੰਗ, ਕਿ ਹੁਣ ਮੈਂ ਮਾਫ਼ੀ ਚਾਹੁੰਦਾ ਕਿ ਮੈਂ ਤੁਹਾਨੂੰ ਕੁਛ ਵੀ ਨਹੀਂ ਦੇ ਸਕਦਾ, ਕਿਉਂ ਆਈ ਵਿਸ਼ ਆਈ ਕੁਡ ਗਿਵ ਯੂ ਸਮਥਿੰਗ, ਕਹਿੰਦਾ ਮੈਂ ਚਾਹੁੰਦਾ ਸੀ ਕਿ ਮੈਂ ਤੁਹਾਨੂੰ ਕੁਛ ਦੇ ਸਕਦਾ, ਆਈ ਐਮ ਜਸਟ ਐਨ ਓਲਡ ਸਟੰਪ, ਪਰ ਕਹਿੰਦਾ ਕਿ ਮੈਂ ਤਾਂ ਇੱਕ ਪੁਰਾਣਾ ਲੱਕੜੀ ਦਾ ਟੁਕੜਾ ਬਣ ਕੇ ਰਿਹਾ। ਸਟੰਪ ਹੁੰਦਾ ਜਿਹੜਾ ਬਸ ਇੱਕ ਛੋਟਾ ਜਿਹਾ ਉਹਦਾ ਮੁੱਢ ਹੀ ਰਹਿ ਗਿਆ ਸੀਗਾ, ਸਟੰਪ ਮੁੱਢ ਬਣ ਗਿਆ ਰਹਿ ਗਿਆ ਸੀ ਉਹਦਾ, ਐਂਡ ਆਈ ਡਿਡਨਟ ਨੀਡ ਐਨੀਥਿੰਗ ਨਾਓ, ਅਤੇ ਮੈਨੂੰ ਹੁਣ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਹੁਣ ਉਹਨੂੰ ਬੋਏ ਨੇ ਕਿਹਾ ਆਈ ਜਸਟ ਵਾਂਟ ਅ ਕੁਆਇਟ ਪਲੇਸ ਟੂ ਸਿਟ ਐਂਡ ਰੈਸਟ, ਕਹਿੰਦਾ ਹੁਣ ਮੈਨੂੰ ਇੱਕ ਸਿਰਫ ਸ਼ਾਂਤ ਜਗ੍ਹਾ ਚਾਹੀਦੀ ਹੈ ਜਿੱਥੇ ਮੈਂ ਬੈਠ ਕੇ ਰੈਸਟ ਕਰ ਸਕਾਂ, ਐਂਡ ਆਈ ਐਮ ਵੈਰੀ ਟਾਇਰਡ, ਕਹਿੰਦਾ ਹੁਣ ਬਹੁਤ ਥੱਕ ਚੁੱਕਿਆ ਹੈ, ਸੈਡ ਦ ਬੋਏ। ਬੋਏ ਨੇ ਕਿਹਾ ਦ ਬੋਏ ਵਾਜ ਓਲਡ ਮੈਨ ਨਾਓ ਬਿਕੋਜ਼ ਮੈਨੀ ਈਅਰਸ ਹੈ ਪਾਸਟ, ਕਾਫੀ ਸਾਲ ਹੋ ਚੁੱਕੇ ਆ, ਅਤੇ ਇਹ ਲੱਕੜੀ ਦਾ ਬਿਲਕੁਲ ਟੁਕੜਾ ਹੀ ਰਹਿ ਗਿਆ ਸੀ ਕਿਉਂਕਿ ਉਹਨੇ ਉਹਦਾ ਤਣਾ ਵੀ ਕੱਟ ਲਿਆ ਸੀ ਬੋਰਡ ਬਣਾਉਣ ਲਈ, ਬ੍ਰਾਂਚਿਸ ਵੀ ਕੱਟ ਲਈਆਂ ਘਰ ਬਣਾਉਣ ਲਈ, ਅਤੇ ਬੋਏ ਹੁਣ ਜਿਹੜਾ ਉਹ ਓਲਡ ਹੋ ਚੁੱਕਿਆ, ਅਤੇ ਉਹਨੇ ਕਿਹਾ ਕਿ ਮੈਨੂੰ ਹੁਣ ਕੀ ਚਾਹੀਦਾ, ਮੈਨੂੰ ਸਿਰਫ ਸ਼ਾਂਤੀ ਚਾਹੀਦੀ ਹੈ, ਜਗ੍ਹਾ ਚਾਹੀਦੀ ਹੈ ਜਿਹਦੇ ਉੱਪਰ ਮੈਂ ਸਟੰਪ, ਆਹ ਸਟੰਪ ਹੈ ਉਹਦਾ ਰੁੱਖ ਦਾ ਜਿਹੜਾ ਮੁੱਢ ਆ ਉਹਨੂੰ ਸਟੰਪ ਕਹਿੰਦੇ ਆ। ਵੈਲ ਐਨ ਓਲਡ ਸਟੰਪ ਇਜ਼ ਗੁੱਡ ਫੋਰ ਸਿਟਿੰਗ ਐਂਡ ਰੈਸਟਿੰਗ, ਕਹਿੰਦਾ ਉਹਨੇ ਓਲਡ ਸਟੰਪ ਹੈ ਜਿਹੜਾ ਉਹ ਬੈਠਣ ਲਈ ਠੀਕ ਹੈ। ਕਮ ਬੋਏ ਸਿਟ ਡਾਊਨ ਐਂਡ ਰੈਸਟ, ਉਹਨੇ ਕਿਹਾ ਬੱਚੇ ਨੂੰ, ਲੜਕੇ ਨੂੰ ਕਿਹਾ ਲੜਕੇ ਆਓ ਤੇ ਇੱਥੇ ਬੈਠ ਕੇ ਰੈਸਟ ਕਰੋ। ਦ ਬੋਏ ਸੈਟ ਔਨ ਦ ਸਟੰਪ ਟੂ ਰੈਸਟ ਐਂਡ ਦ ਟ੍ਰੀ ਵਾਜ਼ ਹੈਪੀ, ਹੁਣ ਜਿਹੜਾ ਬੋਏ ਆ ਉਹ ਇਸ ਸਟੰਪ ਦੇ ਉੱਤੇ ਆ ਬੈਠ ਗਿਆ ਅਤੇ ਰੈਸਟ ਕਰਨ ਵਾਸਤੇ, ਅਤੇ ਰੁੱਖ ਫਿਰ ਖੁਸ਼ ਸੀਗਾ। ਹੁਣ ਬੇਟੇ ਅਸੀਂ ਇਸ ਲੈਸਨ ਤੋਂ ਕੀ ਦੇਖਿਆ ਕਿ ਰੁੱਖ ਜਿਹੜੇ ਆ ਸਾਨੂੰ ਕਿੰਨਾ ਕੁਛ ਦਿੰਦੇ ਆ, ਅਤੇ ਅਸੀਂ ਰੁੱਖਾਂ ਤੋਂ ਰੁੱਖ ਜਿਹੜੇ ਇੰਨਾ ਕੁਛ ਦੇ ਕੇ ਵੀ ਉਹ ਹੈਪੀ ਹੈ ਸਾਡੇ ਨਾਲ, ਮੈਨ ਦੇ ਨਾਲ, ਅਤੇ ਜਿਹੜਾ ਆਦਮੀ ਆ ਉਹ ਕਿੰਨਾ ਕਰੂਅਲ ਹੈ, ਰੁੱਖਾਂ ਨੂੰ ਕੱਟ ਰਿਹਾ। ਦੇ ਆਰ ਨੋਟ ਪਲਾਂਟਿੰਗ ਮੋਰ ਟਰੀਜ਼, ਓਨਲੀ ਦੇ ਆਰ ਕਟਿੰਗ ਦਾ ਟਰੀਜ਼। ਸੋ ਦ ਥੀਮ ਆਫ ਦ ਸਟੋਰੀ ਇਜ਼ ਵੀ ਸ਼ੁੱਡ ਨੋਟ ਕੱਟ ਦਾ ਟਰੀਜ਼, ਇੰਸਟੈਡ ਵੀ ਸ਼ੁੱਡ ਪਲਾਂਟ ਮੋਰ ਐਂਡ ਮੋਰ ਟਰੀਜ਼। ਤੋ ਇਹਦੀ ਜਿਹੜੀ ਅਭਿਆਸ, ਇਹਦੀ ਐਕਸਰਸਾਈਜ਼ ਹੈ,
नेक्स्ट वीडियो डिस्कस करांगे. थैंक यू वेरी मच.